ਫੋਟੋ ਜਾਣੀ ਕਿਸੇ ਦੀ ਖੋਜੋ ਪਿੱਛੇ ਨੂੰ ਖੋਜੋ ਹੋਰ ਖੋਜੋ ਹੋਰ ਖੋਜੋ ਸਭ ਦੀ ਫੋਟੋ ਆਏਗੀ ਭਾਅ ਜੀ ਕਰੋ ਪੇਜ ਪੇਜ ਕਰੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਪੈਰਾਂ ਦੇ ਅੰਗੇ ਠੋਕ ਕੇ ਭਗਤ ਸਿੰਘ ਤੇ ਭਾਜੀ ਮੈਂ ਕੰਮ ਕਰਨ ਆਇਆ ਘਰੋਂ ਮੈਂ ਤਾਂ ਫੋਟੋ ਅੰਗਰੇਜ਼ਾਂ ਦੇ ਸ਼ਾਸਨ ਬੰਦ ਕਰ ਦਿੱਤਾ ਗਿਆ ਤਾਂ ਮੈਂ ਸਮਝਦਾ ਕਿ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਜੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਸਾਹਾਂ ਲੈ ਰਹੇ ਹਾਂ, ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ, ਤਾਂ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਸਾਫ਼ ਸਾਫ਼ ਨਜ਼ਰ ਆਉਂਦੀ ਹੈ। ਸੋ ਮੈਂ ਨੌਜਵਾਨਾਂ ਨੂੰ ਤੁਹਾਡੇ ਮਾਧਿਅਮ ਤੋਂ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਮਕਸਦ ਵੱਲ, ਜਿਹੜਾ ਵੀ ਕਿਸੇ ਨੌਜਵਾਨ ਸਾਥੀ ਦਾ ਮਕਸਦ ਹੈ, ਚਾਹੇ ਉਹ ਨੌਕਰੀ ਦੇ ਵਿੱਚ ਹੈ, ਚਾਹੇ ਉਹ ਬਿਜ਼ਨਸ ਕਰਦਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕਿੱਤਾ ਕਰਦਾ, ਤਾਂ ਅਸੀਂ ਦੇਸ਼ ਦੇ ਪ੍ਰਤੀ ਇਮਾਨਦਾਰੀ ਦੇ ਨਾਲ ਜਿਹੜਾ ਆਪਣਾ ਫਰਜ਼ ਨਿਭਾਈਏ, ਮਿਹਨਤ ਕਰੀਏ ਔਰ ਇਸ ਦੇਸ਼ ਨੂੰ ਹੋਰ ਅੱਗੇ ਲਿਜਾਣ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ। ਅਤੇ ਕੋਟਨ ਕੋਟ ਨਮਨ ਕਰਦਾ ਉਸ ਮਹਾਨ ਸ਼ਹੀਦ ਨੂੰ ਔਰ ਜਿਹੜੇ ਲੋਕ ਆਪਣੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਦੇ ਆ, ਮੈਂ ਸਮਝਦਾ ਕਿ ਉਹ ਕੌਮਾਂ ਉਹ ਦੇਸ਼ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ। ਬਹੁਤ ਬਹੁਤ ਤੁਹਾਡਾ ਸਾਰੇ ਮਾਰਚ ਦੇ ਉੱਤੇ ਸ਼ਹੀਦ, ਮੈਂ ਪਹਿਲੇ ਪੂਰੇ ਦੇਸ਼ ਵਾਸੀਆਂ ਨੂੰ ਅੱਜ ਸਰਦਾਰ ਭਗਤ ਸਿੰਘ ਜੀ ਦੇ ਚਰਨਾਂ ਨੂੰ ਨਮਨ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਜਿਹੜੀ ਅੱਜ ਜੋ ਪਾਰਟੀ ਦੇਸ਼ ਦੇ ਵਿੱਚ ਕੰਮ ਕਰ ਰਹੀ ਆਮ ਆਦਮੀ ਪਾਰਟੀ, ਸਾਡੀ ਜਿਹੜੀ ਪਾਰਟੀ ਦੀ ਜਿਹੜੀ ਰਚਨਾ ਹੈ, ਜਿਹੜਾ ਆਸ਼ੀਰਵਾਦ ਹੈ, ਉਹ ਸਾਡੇ ਸਰਦਾਰ ਭਗਤ ਸਿੰਘ ਜੀ ਦਾ ਹੀ ਕੀਤਾ ਹੋਇਆ, ਕਿਉਂਕਿ ਉਹਨਾਂ ਨੇ ਜੋ 500 ਸਾਲ ਪਹਿਲੇ ਸੁਪਨਾ ਦੇਖਿਆ ਸੀ ਉਸ ਸੁਪਨੇ ਨੂੰ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰਾ ਕਰ ਰਹੇ ਆ। ਅਸੀਂ ਦੇਖ ਰਹੇ ਹਾਂ ਕਿੱਦਾਂ ਦੇਸ਼ ਦੇ ਵਿੱਚ ਅਤੇ ਕੀ ਹੋ ਰਿਹਾ, ਕਿਹੜੀ ਕ੍ਰਾਂਤੀ ਉਹ ਚਾਹੁੰਦੇ ਸੀ ਜਿਹੜੇ ਸ਼ਹੀਦੀ ਸਾਡੇ ਜਿਹੜੇ ਸੀ ਭਾਵਾਂ ਭਗਤ ਸਿੰਘ ਸੀ ਜਿਨ੍ਹਾਂ ਨੇ ਐਡੀ ਵੱਡੀ ਜਿਹੜੀ ਸ਼ਹੀਦੀ ਦਿੱਤੀ ਉਹ ਦਿੱਤੀ ਸੀ ਆਪਣੇ ਦੇਸ਼ ਦੇ ਲਈ, ਉਹ ਦੇਸ਼ ਨੂੰ ਦੱਸਣਾ ਚਾਹੁੰਦੇ ਸੀ ਦੇਸ਼ ਕਿੱਦਾਂ ਦਾ ਦੇਸ਼ ਹੋਣਾ ਚਾਹੀਦਾ। ਅੱਜ ਉਸ ਦੇਸ਼ ਦੀ ਰਚਨਾ ਜਿਹੜੇ ਮੇਰੇ ਨੈਸ਼ਨਲ ਕੁਮਾਰ ਅਰਵਿੰਦ ਕੇਜਰੀਵਾਲ ਦੇ ਨੇਤਵ ਦੇ ਵਿੱਚ ਪੂਰਾ ਦੇਸ਼ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਪਰ ਕੁਝ ਪਾਰਟੀਆਂ ਨੂੰ ਉਹ ਕੰਮ ਨਹੀਂ ਪਸੰਦ ਆ ਰਿਹਾ, ਅੱਜ ਉਹਨਾਂ ਦੀ ਜਿਹੜੀ ਇਮਾਨਦਾਰੀ ਉਹ ਪਸੰਦ ਨਹੀਂ ਆ ਰਹੀ ਕਿ ਦੇਸ਼ ਦੇ ਵਿੱਚ ਅਗਰ ਅੱਜ ਖਤਰਾ ਅਰਵਿੰਦ ਕੇਜਰੀਵਾਲ ਕੋਲ ਹੈ। ਇਸ ਕਰਕੇ ਅਰਵਿੰਦ ਕੇਜਰੀਵਾਲ ਜਿਹੜੀ ਸੋਚ ਹੈ ਉਹ ਸਰਦਾਰ ਭਗਤ ਸਿੰਘ ਦੀ ਸੋਚ ਹੈ, ਇਸ ਕਰਕੇ ਉਹਦੇ ਕਾਰਿਆਕਰਤਾ ਵਿੱਚ ਜਿਹੜੀ ਸੋਚ ਹੈ ਉਹ ਭਗਤ ਸਿੰਘ ਦੀ ਸੋਚ ਹੈ, ਨਾ ਡਰਨ ਵਾਲੇ, ਨਾ ਘਬਰਾਉਣ ਵਾਲੇ, ਨਾ ਕਿਸੇ ਦੇ ਜਿਹੜੇ ਆ ਥੱਲੇ ਲੱਗਣ ਵਾਲੇ। ਇਸ ਕਰਕੇ ਜੋ ਪਾਰਟੀ ਦਾ ਦੇਸ਼ ਹੈ ਉਹ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਘਰ ਘਰ ਪਹੁੰਚਾਵਾਂਗੇ, ਪਾਰਟੀ ਨੇਤਵ ਦੇ ਵਿੱਚ ਕੰਮ ਕਰਦੇ ਰਹਾਂਗੇ।